if we feel up to that, we ask you to ਦੀ ਮੌਤ ਦੇ ਸੰਬੰਧ ਵਿੱਚ
ਉਹਨਾਂ ਨੇ ਜੀਵਨ ਬਾਰੇ ਉਹ ਪਰਿਵਾਰ ਬਾਰੇ ਸਾਰਾ ਕੁਝ ਦੱਸਿਆ। ਮੇਰਾ ਵੀ ਇਸ ਪਰਿਵਾਰ ਦਾ ਕੋਈ ਸਾਥ
ਜਿਹੜੀ ਜਨ ਨਾਮ ਮਿਲੇ ਸਾਹਿਬ ਸੋ ਪ੍ਰਭਾਵ ਜਿਹੜੀ ਇਸ ਕੀ ਚੰਦਨਾ ਵੀਰ ਪਰਕ ਸਦਾ ਜੋਤ ਸਭਾਵੈ ਨਾਨਕਾ ਸਾਹਿਬ ਅਜੀਬਾ ਹੱਥ ਜੁੜ ਕੇ ਬੇਨਤੀ ਕਰਦਾ ਹੈ। ਮੈਂ ਗਰੀਬਨ ਬੇਨਤੀ ਕੀਤੀ ਕਿ ਸਪੀਕਰ ਨੂੰ ਇੱਦਾਂ ਦਾ ਕਦੋਂ ਕਿ ਸਮਝ ਪਵੇ ਸਾਨੂੰ ਸਾਰਿਆਂ ਨੂੰ ਮੈਂ ਕੀ ਬੋਲ ਰਿਹਾ। ਕਰਦੀ ਹੈ
Thank you.
Thank you.
जवान की होती है
ਸੋਚੀ ਚੱਲੀਏ। ਅਤੇ ਇਹ ਵੀ ਪਤਾ ਲੋਕ ਇਹ ਵੀ ਪਤਾ ਹੁੰਦਾ ਕਿ ਅੱਖਾਂ ਕਿੱਧਰ ਦੇਖ ਰਹੀਆਂ, ਇੱਕ ਸਮਝ ਲਈ ਜੀਓ ਬਟ ਬੰਦਾ ਬਿਨਾਂ ਕਾਤੂ ਜਿਹੜੀਆਂ ਉਹ ਬਿਨਾਂ ਕੰਦਰੀਆਂ ਦਾ ਬੜਾ ਲਾਭ ਲੈ ਦਿੰਦਾ। ਭਗਤੀ ਕਹਿੰਦੇ ਨੇ ਬਾਬਾ ਆਪਣਾ ਪਤਨੀ ਦਾ ਉਹ ਪਤਾ ਮੈਨੂੰ ਸਰੀਰ ਨਹੀਂ ਚਾਹੀਦਾ, ਅਗੋ ਕਹਿੰਦੇ ਮੈਨੂੰ ਕੋਈ ਸਰੀਰ ਤੋਂ ਨਹੀਂ ਚਾਹੀਦਾ, ਕਹਿੰਦੇ ਘੜੀ ਘੜੀ ਦਾ ਦੇਖਣਾ ਬਣਾ ਦਿਓ, ਇੱਕ ਘੜੀ ਦਾ ਦੇਖਣਾ ਤੁਸੀਂ ਦੇਖ ਰਹੇ ਹੈ, ਮੈਂ ਜ਼ਿੰਦਗੀ ਦੇ ਵਿੱਚ ਇੱਕ ਘੜੀ ਇੱਕ ਪਲ ਕਿਹਨੇ ਬਤਾਇਆ ਤੂੰ ਦੇਖ ਰਿਹਾ ਹੈ, ਮੈਂ 10 ਮਿੰਟ ਬੈਠਦਾ ਪਿਆਸ ਕਰ
मैं पानी पी वहां पर ये रस्म ये रस्म का जो पत्ती जबान है ये इतनी मस्त है खाने के इन्हें भी रब प्रकाश होते रब जी ये पत्ते ज्ञान के कहने कुछ नहीं ये नक वार्ता होती है नक संबंधी लिखता है शरीर और दुध फल रक्त तो सुगंधी है ये पकौड़िया की इधर अपना मैं जाके आपको तृप्ति कमा रब वाले पासे बाणी वाले पासे शब्द वाले पासे रब जी ये ज्ञान के मानते ही नहीं ते कहते ने के ही गावा जियो तर कह तो बसे पंच किसाना तैनू ने तो साफ अखा ने कीता कना ने कीता जुबान ने कीता ये सारा कुछ लिखा हुआ है उसकी धन बनाया देखा मन को साफ की लिख की सा कहते अगे जी कहते पंच किसान का भाग गए जिन्हें ने पास कराए जिन्हें अखा ने पास कराए कना ने पास कराए ना थोड़ी जाने बंदा कहीं ना जाने के मिलना तो बता ये सरपंच पढ़िया जाए कि मैंबर क्यों नहीं पास करते बढ़िया सरपंच चलता है मैंबर तो बड़े चलते और ज्यादा तो मुझे पता नहीं ज्यादा पर यह गल की है जो लव लगा हुआ है सरपंच ने पूछना नहीं जाता ठीक है ना जी इस करके बाणी के लिए जी पांच ज्ञान के नाल नहीं जाने पर जाप करने का काम की थी दाल जाने वो नहीं सरते अखा ने इतने सरते और आप जमीन में से कर्जा वो ज्यादा और क्या लगती कि कोई गलत क्या मतलब कि कोई गलत केड़ा थी अरदास आखिर कभी जी अरदास करके रखता था लेकिन ने कह रहे कबीर सोरे संतो जे मित्रों ने करा थी मेरा आदि ने मेरा कर दियो मेरे से कहनी कृपा करो मेरी आत्मा गुरु दर्शन कर रब जी के लिए पास किया पर बोल दिया कि रब जी को काम करने को नहीं मिलेगा कि जोगी नाथ ने वाणी को कहा कहीं नहीं कोई रहता सोरे संतो जे मित्रों ने किया आपकी बात पक्ष देखो जी
ਸਰਕਾਰ ਨੌਕਰੀ ਦੇ ਨਾਮ ਤੱਕ ਦੇ ਵਚਨ ਦੇ ਸਾਹਿਬ ਗਿਆਨੀ ਸਾਹਿਬ ਮਿੰਟਾਂ ਨੇ ਆਪਾਂ ਨੂੰ ਗੁੜੀ ਸਮਝੇ ਨਾਲ ਸਾਰੀਆਂ ਸੰਗਤਾਂ ਨੂੰ ਜੋੜਨਗੇ ਇਸ ਮੌਕੇ ਦੇ ਉੱਤੇ ਹੋਰ ਵੀ ਆਪਣੇ ਸਰਕਾਰ ਜੋ ਸਿੱਖ ਸਾਹਿਬਾਨ ਹਰ ਗ੍ਰੰਥ ਜੀ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਨੇ ਹਾਜ਼ਰੀ ਅਤੇ ਪਰਮੇਸ਼ਰ ਜੀ ਦੇ ਸਾਡੇ ਸਰਕਾਰ ਜੋ ਸਾਰੇ ਹੀ ਸੰਗਤਾਂ ਦੇ ਨਾਲ ਪਰਿਵਾਰ ਦੇ ਨਾਲ ਚਾਰ ਲੱਖ ਵਾਲੇ ਸਿੱਖ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਸਿੰਘ ਸਾਹਿਬਾਨ ਗਿਆਨੀ ਜਗਿੰਦਰ ਸਿੰਘ ਜੀ ਦਾ ਦਰਬਾਰ ਸਭ ਉਹਨਾਂ ਨੇ ਵੀ ਇੱਥੇ ਹਾਜ਼ਰ ਕਰਦੇ ਸੀ ਜੀ ਗੁਰੂ ਜੀ ਪਰ ਕੁਦਰਤੀ ਤੌਰ ਦੇ ਉੱਤੇ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਜੋ ਆਪ ਸੰਗਤਾਂ ਨੂੰ ਪਤਾ ਉੱਥੋਂ ਦੇ ਤਖ਼ਤ ਦੇ ਜਥੇਦਾਰ ਸਾਹਿਬਾਨ ਸਿੰਘ ਸਾਹਿਬ ਗਿਆਨੀ ਮੱਧ ਸਿੰਘ ਜੀ ਉਹ ਆਪ ਸੰਗਤਾਂ ਨੂੰ ਆਪ ਸਤਿਖੰਡ ਚਰਨਾ ਕਰ ਗਏ ਸਨ ਸਦੀਵੀ ਵਿਛੋੜਾ ਦੇ ਕੇ ਉਹਨਾਂ ਦੇ ਉਸ ਸਮੇਂ ਦੇ ਉੱਤੇ ਉੱਥੋਂ ਨੂੰ ਜਾਣਾ ਪਿਆ ਇਸ ਵਾਸਤੇ ਸਾਧ ਸੰਗਤ ਜਿਹੜੇ ਆਪਾਂ ਕੁਝ ਮਿੰਟਾਂ ਦੇ ਵਾਸਤੇ ਸਿੰਘ ਸਾਹਿਬਾਨ ਗਿਆਨੀ ਗੁਰਵਿੰਦਰ ਸਿੰਘ ਜੀ ਸਤਿਖੰਡ ਸ੍ਰੀ ਗੁਰਮੁਖ ਸਾਹਿਬ ਜੀ ਦੇ ਸਾਹਿਬਾਨ ਉਹਨਾਂ ਦੇ ਕੋਲੋਂ ਆਪਾਂ ਗੁਰਮੁਖ ਮੁਤਾਰਾ ਸਰੋਵਰ ਕਰੀਏ ਉਹਨਾਂ ਤੋਂ ਬਾਅਦ ਵਿੱਚ ਅਨੰਦ ਸਾਹਿਬ ਦੀ ਸ਼੍ਰੀ ਗੋਬਿੰਦ ਪਾਠ ਹੋ ਕੇ ਫਿਰ ਗੁਰਦਾਸ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।